ਕੈਨੇਡਾ ਦੀਆਂ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਤੇ ਜਗਮੀਤ ਸਿੰਘ ਵੱਲੋਂ ਪ੍ਰਾਪਤ ਕੀਤੀ ਗਈ ਵੱਡੀ ਜਿੱਤ ਦੇ ਨਾਲ ਜਿੱਥੇ ਕੈਨੇਡਾ ਵਸਦੇ ਟਰੂਡੋ ਸਮਰਥਕ ਪੰਜਾਬੀ ਭਾਈਚਾਰੇ ਦੀ ਖੁਸ਼ੀ ਦੇ ਵਿੱਚ ਧਰਤੀ ਤੇ ਪੱਬ ਨਹੀਂ ਲੱਗ ਰਹੇ, ਉੱਥੇ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਜਾਣ ਦੇ ਚਾਹਵਾਨ ਜਾਂ ਉੱਥੇ ਪੜ੍ਹਾਈ ਕਰਕੇ ਵਧੀਆ ਜ਼ਿੰਦਗੀ ਬਸਰ ਕਰ ਰਹੇ ਵਿਦਿਆਰਥੀਆਂ ਦੇ, ਇੱਥੇ ਪੰਜਾਬ ਵਸਦੇ ਮਾਪੇ, ਰਿਸ਼ਤੇਦਾਰ ਅਤੇ ਹੋਰ ਦੋਸਤਾਂ ਮਿੱਤਰਾਂ ਵੱਲੋਂ ਵੀ ਟਰੂਡੋ ਦੀ ਲਿਬਰਲ ਪਾਰਟੀ ਦੀ ਵੱਡੀ ਜਿੱਤ ਇੱਦਾਂ ਮਹਿਸੂਸ ਕੀਤੀ ਜਾ ਰਹੀ ਹੈ ਜਿਵੇਂ ਕਿਸੇ ਵੱਡੀ ਜੰਗ ਦੇ ਵਿੱਚ ਪੰਜਾਬ ਹੀ ਜਿੱਤ ਗਿਆ ਹੋਵੇ। ਇੰਨਾ ਹੀ ਨਹੀਂ, ਪੰਜਾਬ ਦੇ ਵਿੱਚ ਵਸਦੇ ਲੋਕ ਵੀ ਇਸ ਜਿੱਤ ਤੋਂ ਕਾਫੀ ਖੁਸ਼ ਹਨ। ਅਜਿਹੀ ਹੀ ਖੁਸ਼ੀ ਸਦਕਾ ਜਸਟਿਨ ਟਰੂਡੋ ਦਾ ਕੈਨੇਡਾ ਦੇ ਵਿੱਚ ਮੁੜ ਗਠਨ ਹੋਣ ਤੇ ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਇੱਕ ਗ੍ਰੀਟਿੰਗ ਕਾਰਡ ਬਣਾਇਆ ਗਿਆ ਹੈ। ਇਸ ਕਾਰਡ ਦੇ ਵਿੱਚ ਜਸਟਿਨ ਟਰੂਡੋ, ਜਗਮੀਤ ਸਿੰਘ ਤੇ ਹਰਜੀਤ ਸਿੰਘ ਸੱਜਣ ਦੀ ਫੋਟੋ ਲਗਾਈ ਗਈ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸਨੇ ਇਹ ਕਾਰਡ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਹਰਜੀਤ ਸਿੰਘ ਸੱਜਣ ਅਤੇ ਜਗਮੀਤ ਸਿੰਘ ਨੂੰ ਵਧਾਈ ਦੇਣ ਦੇ ਲਈ ਬਣਾਇਆ। ਉਸਨੇ ਦੱਸਿਆ ਕਿ ਇਸ ਪੇਪਰ ਕਾਰਡ ਦਾ ਭਾਰ ਸਿਰਫ 50 ਗ੍ਰਾਮ ਹੈ ਅਤੇ ਇਸ ਨੂੰ ਬਣਾਉਣ ਦੇ ਵਿੱਚ 2 ਦਿਨ ਲੱਗੇ। ਉਹਨਾਂ ਕਿਹਾ ਕਿ ਸੱਜਣ ਅਤੇ ਜਗਮੀਤ ਸਿੰਘ ਨੇ ਕੈਨੇਡਾ ਦੀ ਸਰਕਾਰ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਰਜੀਤ ਸਿੰਘ ਸੱਜਣ ਪਿਛਲੀ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾ ਚੁੱਕੇ ਹਨ ਅਤੇ ਇਸ ਵਾਰ ਉਹਨਾਂ ਨੂੰ ਸਰਕਾਰ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਦਾ ਉਹਨਾਂ ਨੂੰ ਮਾਣ ਹੈ। ਇੱਥੇ ਇਹ ਗੱਲ ਵੀ ਮਾਣ ਨਾਲ ਕਹੀ ਜਾ ਸਕਦੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਪੰਜਾਬੀਆਂ ਵੱਲੋਂ ਉਹਨਾਂ ਦਾ ਦਿਲਾਂ ਦੇ ਦਰਵਾਜ਼ੇ ਖੋਲ੍ਹ ਕੇ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਸੀ ਤੇ ਆਪਣੀ ਅਮੀਰ ਵਿਰਾਸਤੀ ਮਹਿਮਾਨ ਨਿਵਾਜੀ ਦਾ ਲੋਹਾ ਮਨਵਾਇਆ ਸੀ। ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨੀ ਜੋ ਇਲੈਕਸ਼ਨਸ ਹੋਏ ਸੀ ਉਸ ਦੇ ਦੌਰਾਨ ਕਾਫੀ ਅੱਛਾ ਰਿਜ਼ਲਟ ਦੇਖਣ ਨੂੰ ਮਿਲਿਆ ਮਿਸਟਰ ਜਸਟਿਨ ਟਰੂਡੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਾ, ਸ਼ੁਭਕਾਮਨਾਵਾਂ ਦਿੰਦਾ ਕਿ ਉਹ ਦੁਬਾਰਾ ਫਿਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ। ਉਹਦੇ ਨਾਲ ਹੀ ਜੋ ਲੇਟੈਸਟ ਜੋ ਨਿਊਜ਼ ਸੁਣਨ ਨੂੰ ਆਈ ਹੈ, ਬਹੁਤ ਹੀ ਖੁਸ਼ੀ ਦੀ ਲਹਿਰ ਹੈ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਸਮੁੱਚੇ ਪੰਜਾਬੀਆਂ ਦੇ ਲਈ ਕਿ ਮਾਣਯੋਗ ਹਰਜੀਤ ਸਿੰਘ ਸੱਜਣ ਜੀ ਜੋ ਫਿਰ ਦੁਬਾਰਾ ਤੋਂ ਜੋ ਡਿਫੈਂਸ ਮਿਨਿਸਟਰ ਆਫ ਕੈਨੇਡਾ ਚੁਣੇ ਗਏ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਅੱਛਾ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸੇਵਾਵਾਂ ਨਿਭਾਈਆਂ ਕੈਨੇਡਾ ਦੇ ਵਿੱਚ ਰਹਿ ਕੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਫੀ ਅੱਛੀਆਂ ਉਹ ਸੇਵਾਵਾਂ ਨਿਭਾਉਣਗੇ। ਮੈਂ ਇਸ ਚੀਜ਼ ਦੀ ਆਸ ਕਰਦਾ ਅਤੇ ਉਹਨਾਂ ਨੂੰ ਦਿਲੋਂ ਮੁਬਾਰਕਾਂ ਵੀ ਦਿੰਦਾ। ਕਿਸ ਤਰ੍ਹਾਂ ਮੁਬਾਰਕਬਾਦ ਦਿੱਤੀ ਗਈ ਤੁਹਾਨੂੰ? ਬਿਲਕੁਲ ਜੀ, ਮੈਂ ਇੱਕ ਪੇਪਰ ਆਰਟ ਦੇ ਨਾਲ, ਜਿਵੇਂ ਕਿ ਮੈਂ ਹਰ ਇੱਕ ਕੋਈ ਨਾ ਕੋਈ ਸੀਜ਼ਨ ਦਰ ਸੀਜ਼ਨ ਕੋਈ ਨਾ ਕੋਈ ਆਰਟ ਦੇ ਰਾਹੀਂ ਸੁਨੇਹਾ ਦਿੰਦੇ ਰਹਿੰਦੇ ਹਾਂ। ਸੋ ਇਸ ਵਾਰ ਵੀ ਇਸ ਖੁਸ਼ੀ ਨੂੰ ਜ਼ਾਹਿਰ ਕਰਨ ਦੇ ਲਈ ਮੈਂ ਇੱਕ ਪੇਪਰ ਆਰਟ ਦੇ ਨਾਲ ਇੱਕ ਕਟਆਊਟ ਦੇ ਰੂਪ ਦੇ ਵਿੱਚ ਇੱਕ ਗ੍ਰੀਟਿੰਗ ਕਾਰਡ ਤਿਆਰ ਕੀਤਾ, ਜਿਹਦੇ ਵਿੱਚ ਕਿ ਮੈਂ ਮਾਣਯੋਗ ਜਸਟਿਨ ਟਰੂਡੋ ਜੀ, ਹਰਜੀਤ ਸਿੰਘ ਸੱਜਣ ਜੀ ਅਤੇ ਜਗਮੀਤ ਸਿੰਘ ਜੀ ਨੂੰ ਦਿਖਾ ਕੇ ਉਹਨਾਂ ਨੂੰ ਦਿਲੋਂ ਪੂਰੇ ਪੰਜਾਬੀਆਂ ਵੱਲੋਂ, ਪੰਜਾਬ ਵੱਲੋਂ ਅਤੇ ਪੂਰੇ ਭਾਰਤ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਕਿ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਕੈਨੇਡਾ ਦੇ ਵਿੱਚ ਰਹਿ ਕੇ ਆਉਣ ਵਾਲੇ ਸਮੇਂ ਦੇ ਵਿੱਚ ਅੱਛੀਆਂ ਸੇਵਾਵਾਂ ਨਿਭਾਉਣ ਅਤੇ ਚੰਗੇ ਕਾਰਜ ਕਰਦਿਆਂ ਹੋਇਆਂ ਚੰਗਾ ਸਮਾਜ ਸਿਰਜਣ। ਕਿੰਨਾ ਸਮਾਂ ਲੱਗਾ ਤੁਹਾਨੂੰ ਇਹ ਬਣਾਉਣ ਵਾਸਤੇ ਔਰ ਕੀ ਕੀ ਚੀਜ਼ ਦੀ ਵਰਤੋਂ ਕੀਤੀ ਹੈ? ਮੈਨੂੰ ਇਸ ਨੂੰ ਬਣਾਉਣ ਦੇ ਵਿੱਚ ਤਕਰੀਬਨ 2 ਦਿਨਾਂ ਦਾ ਸਮਾਂ ਲੱਗਿਆ ਅਤੇ ਜਿਹਦੇ ਵਿੱਚ ਕਿ ਮੈਂ ਸਿਰਫ ਪੇਪਰ ਆਰਟ ਦੇ ਨਾਲ ਕਟਆਊਟ ਬਣਾ ਕੇ ਸਾਰਾ ਇਹ ਗ੍ਰੀਟਿੰਗ ਤਿਆਰ ਕੀਤਾ ਅਤੇ ਇਹ ਸੰਦੇਸ਼ ਹੈ ਖਾਸ ਕਰਕੇ ਉਹਨਾਂ ਪੰਜਾਬੀਆਂ ਦੇ ਲਈ ਵੀ ਜਿਹੜੇ ਕਿ ਪੰਜਾਬ ਦੇ ਵਿੱਚ ਵੱਸਦੇ ਨੇ ਅਤੇ ਨਾਲ ਹੀ ਜੋ ਕੈਨੇਡਾ ਦੇ ਵਿੱਚ ਵੱਸਦੇ ਨੇ, ਕਿ ਅਸੀਂ ਵੱਧ ਚੜ੍ਹ ਕੇ ਭਰਪੂਰ ਹੁੰਗਾਰਾ ਦਿੰਦਿਆਂ ਹੋਇਆ ਨਾਲ ਇਹਨਾਂ ਨੂੰ ਵਧਾਈਆਂ ਦੇਈਏ ਅਤੇ ਨਾਲ ਹੀ ਇਹਨਾਂ ਦਾ ਸਹਿਯੋਗ ਦੇ ਕੇ ਚੰਗਾ ਕੈਨੇਡਾ ਸਿਰਜੀਏ, ਤਾਂ ਕਿ ਜੋ ਦੋ ਦੇਸ਼ਾਂ ਦਾ ਜੋ ਆਪਸੀ ਤਾਲਮੇਲ ਹੈ, ਜੋ ਆਪਸੀ ਸੰਪਰਕ ਹੈ, ਲਿੰਕ ਹੈ, ਉਹ ਹੋਰ ਚੰਗਾ ਮਜ਼ਬੂਤ ਹੋ ਸਕੇ। ਅਤੇ ਮੈਂ ਇਹੀ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਹੋਰ ਮਜ਼ਬੂਤ ਹੋ ਕੇ ਉਭਰੇਗਾ ਅਤੇ ਭਾਰਤ ਦੇ ਨਾਲ ਵੀ ਸੰਪਰਕ ਜੋ ਹੋਰ ਮਜ਼ਬੂਤ ਸਥਾਪਿਤ ਹੋਣਗੇ। ਪਿਛਲੇ ਸਮੇਂ ਕਾਫੀ ਜਿਹੜੇ ਵੀਜ਼ੇ ਜਿਹੜੇ ਦਿੱਤੇ ਗਏ ਸੀਗੇ ਜਸਟਿਨ ਟਰੂਡੋ ਵੱਲੋਂ ਖੋਲ੍ਹੇ ਗਏ ਸੀ ਪੰਜਾਬੀਆਂ ਵਾਸਤੇ, ਕਿਆ ਸਮਝਦੇ ਹੋ ਕਿ ਇਸ ਸਰਕਾਰ ਵਿੱਚ ਵੀ ਇਸ ਤਰ੍ਹਾਂ ਦੀ ਉਮੀਦ ਲਗਾ ਕੇ ਰੱਖਦੇ ਹੋ? ਬਿਲਕੁਲ ਜੀ, ਮੈਂ ਉਮੀਦ ਰੱਖਦਾ ਕਿਉਂਕਿ ਕੈਨੇਡਾ ਹਮੇਸ਼ਾ ਇਸ ਚੀਜ਼ ਲਈ ਮੈਂ ਬਹੁਤ ਹੀ ਉਹਨਾਂ ਨੂੰ ਧੰਨਵਾਦੀ ਕਹੂੰਗਾ ਹਮੇਸ਼ਾ, ਕਿ ਜਿਹੜੇ ਹੁਨਰਮੰਦ ਲੋਕ ਨੇ, ਖਾਸ ਕਰਕੇ ਜਿਹੜੇ ਹੁਨਰਮੰਦ ਨੇ ਜਾਂ ਚੰਗੇ ਵੈੱਲ ਐਜੂਕੇਟਿਡ ਨੇ, ਚੰਗੀਆਂ ਪੜ੍ਹਾਈਆਂ ਜਿਨ੍ਹਾਂ ਨੇ ਕੀਤੀਆਂ ਨੇ, ਉਹਨਾਂ ਨੂੰ ਹਮੇਸ਼ਾ ਸ਼ੁਰੂ ਤੋਂ ਹੀ ਕੈਨੇਡਾ ਤਵੱਜੁਫ ਦਿੰਦਾ ਆਇਆ। ਲੇਕਿਨ ਜੋ 2018 ਅਤੇ 2019 ਦੇ ਵਿੱਚ ਜਿਹੜਾ ਕਿ ਉਹਨਾਂ ਨੇ ਇੱਕ ਵੀਜ਼ਿਆਂ ਦੀ ਇੱਕ ਕਹਿੰਦੇ ਨਾ ਲੜੀ ਲਗਾ ਰੱਖੀ ਹੈ, ਲਗਾਤਾਰ ਉਹ ਵੀਜ਼ੇ ਦਿੰਦੇ ਆ ਰਹੇ ਹੈ ਅਤੇ ਉਹਦੇ ਵਿੱਚ ਸਭ ਤੋਂ ਜੋ ਵੱਡੀ ਗਿਣਤੀ ਦੇ ਵਿੱਚ
ਜੋ ਪੜ੍ਹੇ ਲਿਖੇ ਲੋਕ ਜੋ ਅੱਛੇ ਵਕੀਲ ਨੇ ਜੋ ਅੱਛੇ ਲੈਵਲ ਦੇ ਪੜ੍ਹਾਈ ਲਿਖਾਈ ਜਾਂ ਕੀਤੀ ਹੋਈ ਹੈ ਜਾਂ ਚੰਗੇ ਜੋ ਇੰਜੀਨੀਅਰ ਨੇ ਜਾਂ ਆਰਕੀਟੈਕਟ ਨੇ ਜਾਂ ਚੰਗੇ ਹੋਰ ਹੁਨਰਮੰਦ ਲੋਕ ਨੇ ਉਹਨਾਂ ਨੂੰ ਸੱਦ ਰਿਹਾ। ਇਹ ਇਸ ਚੀਜ਼ ਦਾ ਸੰਦੇਸ਼ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਭਾਰਤੀ ਜਿਹੜੇ ਜਾਂ ਪੰਜਾਬੀ ਜਿਹੜੇ ਵੱਡੇ ਪੱਧਰ 'ਤੇ ਜਾ ਕੇ ਕੈਨੇਡਾ ਦੇ ਵਿੱਚ ਜਾ ਕੇ ਪੰਜਾਬੀਆਂ ਦਾ ਹੋਰ ਨਾਮ ਨਾਲ ਰੋਸ਼ਨ ਕਰਨਗੇ ਅਤੇ ਜੋ ਪੜ੍ਹਾਈ ਦੇ ਖੇਤਰ ਦੇ ਵਿੱਚ ਵੀ ਅਤੇ ਜਾਂ ਆਰਕੀਟੈਕਚਰ ਜਾਂ ਹੋਰ ਵੀ ਜਿੰਨੇ ਜਿੰਨੇ ਵੀ ਖੇਤਰ ਨੇ ਇਹਨਾਂ ਦੇ ਖੇਤਰ ਦੇ ਵਿੱਚ ਹੋਰ ਨਾਮਣਾ ਖੱਟ ਕੇ ਕੈਨੇਡਾ ਦੇ ਵਿੱਚ ਵੀ ਹੋਰ ਆਪਣੇ ਝੰਡੇ ਬੁਲੰਦ ਕਰਨਗੇ ਪੰਜਾਬੀਆਂ ਦਾ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।